ਸੁਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਕਬੂ ਨਾ ਛਾਡੇ ਖੇਤ ਸਾਥਰੀਆ ਕਾਲ ਤੁਹਾਨੂੰ ਸਾਰਿਆਂ ਨੂੰ ਮੇਰਾ ਨਾਮ ਗੁਲਬੀਰ ਕੌਰ ਹੈ ਮੈਂ ਮਾਤਾ ਸੇਬਕੌਰ ਖਾਲਸਾ ਗਰਲਸ ਕਾਲਜ ਆਫ ਐਜੂਕੇਸ਼ਨ ਦੀ ਵਿਦਿਆਰਥੀ ਹਾਂ ਗੁਰਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਮੈਂ ਤੁਹਾਡੇ ਸਾਰਿਆਂ ਨਾਲ ਗੁਰੂ ਜੀ ਬਾਰੇ ਕੁਝ ਗੱਲਾਂ ਸਾਂਝੀਆਂ ਕਰਨਾ ਚਾਹਾਂਗੀ ਉਹਨਾਂ ਦੇ ਜੀਵਨ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਗੁਰਤੇਗ ਭਾਦਰ ਸਾਹਿਬ ਜੀ ਦਾ ਜਨਮ 1 April 1621 ਨੂੰ ਹੋਇਆ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੀਗਾ ਜੋ ਕਿ ਸਿੱਖ ਧਰਮ ਦੇ 8ਵੇਂ ਗੁਰੂ ਸਨ ਗੁਰਤੇਗ ਭਾਦਰ ਸਾਹਿਬ ਜੀ ਸਿੱਖ ਧਰਮ ਦੇ 9ਵੇਂ ਗੁਰੂ ਸਨ ਗੁਰਤੇਗ ਭਾਦਰ ਸਾਹਿਬ ਜੀ ਦਾ ਬਚਪਨ ਦਾ ਨਾਮ ਧਿਆਗਵਲ ਸੀ ਗੁਰਤੇਗ ਭਾਦਰ ਸਾਹਿਬ ਜੀ ਬਚਪਨ ਤੋਂ ਹੀ ਤਲਵਾਰ ਦੇ ਮਾਹਿਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਜੀ ਦੀ ਤਲਵਾਰ ਦੇ ਜੋਹਰ ਨੂੰ ਦੇਖ ਕੇ ਗੁਰੂ ਜੀ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਗੁਰੂ ਜੀ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਗੁਰਤੇਗ ਭਾਦਰ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਜਾ ਕੇ ਅਨੰਦਪੁਰ ਸਾਹਿਬ ਸ਼ਹਿਰ ਬਸਾਇਆ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਤੇ ਉਹਨਾਂ ਦੇ ਸੁਪੁੱਤਰ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਸੀਗਾ ਜੋ ਕਿ ਸਿੱਖ ਧਰਮ ਦੇ 10ਵੇਂ ਗੁਰੂ ਸਨ ਗੁਰਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲੇ 20 ਸਾਲ ਬਿਤਾਏ ਜਿੱਥੇ ਉਹਨਾਂ ਨੇ 1664 ਈਸਵੀ ਵਿੱਚ ਗੁਰਗੱਦੀ ਸੰਭਾਲੀ 20 ਸਾਲ ਉਹਨਾਂ ਨੇ ਗੁਰੂ ਜੀ ਦੀ ਬਹੁਤ ਭਗਤੀ ਕੀਤੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਾਂਦੇ ਹੋਏ ਆਖਰੀ ਸਮੇਂ ਵਿੱਚ ਕਹਿ ਗਏ ਸਨ ਕਿ ਨੌਵੇਂ ਗੁਰੂ ਤੁਹਾਨੂੰ ਬਾਬਾ ਬਕਾਲੇ ਮਿਲਣਗੇ ਇਹ ਸੁਣ ਕੇ ਕਈ ਪਖੰਡੇ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ ਮੱਖਣ ਸ਼ਾ ਲੁਭਾਣਾ ਜੋ ਕਿ ਬਹੁਤ ਵੱਡਾ ਵਪਾਰੀ ਸੀ ਉਹਨੇ 500 ਮੋਰਾ ਦੀ ਸੁਖਣਾ ਸੁਖੀ ਸੀ ਕਿ ਉਹ ਗੁਰੂ ਜੀ ਨੂੰ ਟੇਕੇਗਾ ਮੱਥਾ ਮੱਖਣਸ਼ਾ ਲੁਭਾਣਾ ਬਾਬਾ ਬਕਾਲੇ ਜਾ ਕੇ ਉਹਨੇ ਗੁਰੂ ਜੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਜਿੰਨੇ ਵੀ ਪਖੰਡੀ ਲੋਕ ਸੀਗੇ ਮੱਖਣਸ਼ਾ ਲੁਭਾਣਾ ਨੇ ਸਾਰਿਆਂ ਅੱਗੇ ਪੰਜ-ਪੰਜ ਮੋਰਾ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਸਭ ਨੇ ਸਵੀਕਾਰ ਕੀਤਾ ਕਿਸੇ ਨੇ ਕੁਝ ਨਹੀਂ ਕਿਹਾ ਪਰ ਜਦੋਂ ਮੱਖਣਸ਼ਾ ਲੁਭਾਣਾ ਨੇ ਗੁਰੂ ਜੀ ਦੇ ਅੱਗੇ ਪੰਜ ਮੋਰਾ ਦਾ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਕੀ ਗੱਲ ਮੱਖਣ ਛਾ ਤੁਸੀਂ ਤਾਂ 500 ਮੋਰਾ ਦੀ ਸੁਖਣਾ ਸੁਖੀ ਸੀ ਇਹ ਸੁਣ ਕੇ ਮੱਖਰ ਸਾਹ ਉੱਚੀ ਉੱਚੀ ਕਹਿਣ ਲੱਗਾ ਗੁਰਲਾਦੋ ਰੇ ਗੁਰਲਾਦੋ ਰੇ ਗੁਰਲਾਦੋ ਰੇ ਗੁਰਲਾਦੋ ਰੇ ਇਸ ਤਰ੍ਹਾਂ ਗੁਰਤੇਗ ਬਾਦਰ ਸਾਹਿਬ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਬਣੇ ਸਨ ਪਰ ਉਸ ਵਕਤ ਮੁਸਲਮਾਨ ਔਰੰਗਜ਼ੇਬ ਦਾ ਕਹਿਰ ਬਹੁਤ ਜ਼ਿਆਦਾ ਸੀ ਮੁਸਲਮਾਨਾਂ ਦਾ ਬਾਦਸ਼ਾ ਉਸ ਵਕਤ ਕਸ਼ਮੀਰੀ ਹਿੰਦੂ ਪੰਡਿਤਾ ਨੂੰ ਮੁਸਲਮਾਨ ਬਣਾ ਰਿਹਾ ਸੀ ਕਸ਼ਮੀਰੀ ਹਿੰਦੂ ਪੰਡਿਤ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਕਿ ਗੁਰੂ ਜੀ ਜੇ ਕੋਈ ਮਹਾਨ ਵਿਅਕਤੀ ਕੁਰਬਾਨੀ ਦੇ ਦੇਵੇ ਤਾਂ ਉਹਨਾਂ ਦਾ ਬਚਾਅ ਹੋ ਜਾਏਗਾ ਤਾਂ ਇਹ ਸੁਣ ਕੇ ਬਾਲਕ ਗੋਬਿੰਦ ਬੋਲੇ ਪਿਤਾ ਜੀ ਤੁਹਾਡੇ ਤੋਂ ਵੱਧ ਹੋਰ ਕੋਈ ਮਹਾਨ ਵਿਅਕਤੀ ਹੋ ਸਕਦਾ ਹੈ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਦੇਣ ਲਈ ਦਿੱਲੀ ਚਲੇ ਗਏ। ਉਹਨਾਂ ਦੀ ਦ੍ਰਿੜਤਾ ਦੇਖ ਕੇ ਮੁਸਲਮਾਨਾਂ ਨੇ ਪਹਿਲਾਂ ਗੁਰੂ ਜੀ ਦੇ ਸਾਥੀਆਂ ਨੂੰ ਸ਼ਹੀਦ ਕੀਤਾ। ਪਰ ਗੁਰੂ ਜੀ ਅਡੋਲ ਰਹੇ ਤੇ ਸ਼ਹੀਦੀ ਦੇਣ ਲਈ ਤਿਆਰ ਹੋ ਗਏ ਤੇ ਉਹਨਾਂ ਨੇ ਗੁਰੂ ਜੀ ਦਾ ਸਿਰ ਧੜ ਤੋਂ ਅੱਡ ਕਰ ਦਿੱਤਾ ਤੇ ਇਹ ਕੁਰਬਾਨੀ 1675 ਈਸਵੀ ਵਿੱਚ ਹੋਈ। ਜਿੱਥੇ ਕਿ ਅੱਜ ਗੁਰਦੁਆਰਾ ਸ਼ੀਸ਼ਕੰਸ਼ ਸ਼ੋਭਿਤ ਹੈ ਤੇ ਗੁਰੂ ਜੀ ਦੇ ਤੜ ਦਾ ਸੰਸਕਾਰ ਰਕਾਬगंज ਕੀਤਾ ਗਿਆ ਤੇ ਉੱਥੇ ਵੀ ਅੱਜ ਸ਼ਾਨਦਾਰ ਗੁਰਦੁਆਰਾ ਸਥਾਪਿਤ ਹੈ ਗੁਰੂ ਜੀ ਦੀ ਕੁਰਬਾਨੀ ਨੇ ਸਾਬਿਤ ਕਰ ਦਿੱਤਾ ਬਾਹਾਂ ਜਿਨ੍ਹਾਂ ਪਕੜੀਏ ਸਿਰ ਦੀਜੀਏ ਬਾਹਾਂ ਨਾ ਛੋੜੀਏ ਗੁਰੂ ਜੀ ਦੀ ਕੁਰਬਾਨੀ ਨੇ ਇਨਕਲਾਬ ਦੀ ਲਹਿਰ ਲਿਆ ਦਿੱਤੀ ਬਹੁਤ ਬਹੁਤ ਧੰਨਵਾਦ ਮੈਨੂੰ ਗੁਰੂ ਜੀ ਬਾਰੇ ਚਾਰ ਸ਼ਬਦ ਕਹਿਣ ਦਾ ਮੌਕਾ ਦੇਣ ਲਈ ਧੰਨਵਾਦ